ਸਨਮਾਨ ਕਰਦਾ ਜੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ, ਮੁੱਖ ਮੰਤਰੀ ਪੰਜਾਬ ਦਾ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ, ਜਿਨ੍ਹਾਂ ਨੇ ਰਾਸਤੇ ਸਪੀਕ ਕੀਤਾ। ਅਤੇ ਮੈਂ ਵਿਸ਼ਵਾਸ ਦਿਵਾਉਂਦਾ ਕਿ ਸਾਡੀ ਲੋਕ ਸਭਾ ਦੇ ਜਿੰਨੇ ਵੀ ਮਸਲੇ ਆ ਉਹਨਾਂ ਮਸਲਿਆਂ ਨੂੰ ਅਸੀਂ ਜਿੱਤ ਕੇ ਹੱਲ ਕਰਾਵਾਂਗੇ। ਪਰਮਾਤਮਾ ਕਿਰਪਾ ਕਰੇ, ਰੂਰਲ ਡਿਵੈਲਪਮੈਂਟ ਦੇ ਪੈਸੇ, ਨੈਸ਼ਨਲ ਹੈਲਥ ਮਿਸ਼ਨ ਦੇ ਪੈਸੇ, ਨਰੇਗਾ ਦੀਆਂ ਕਈ ਸਕੀਮਾਂ ਜਿਹੜੀਆਂ ਸੈਂਟਰ ਨੇ ਬੰਦ ਕੀਤੀਆਂ, ਜਾਂ ਜਿਹੜੇ ਸਾਡੇ ਬੱਚਿਆਂ ਦੀ ਭਰਤੀ ਹੁੰਦੀ ਆ 60-40 ਦੇ ਅਨੁਪਾਤ ਨਾਲ ਚੰਡੀਗੜ੍ਹ 'ਚ, ਉਹ ਬੰਦ ਕਰਤੀ ਹੈ ਸੈਂਟਰ ਨੇ, ਉਹ ਵੀ ਭਰਤੀ ਮੁੜ ਲਾਗੂ ਕਰਾਵਾਂਗੇ। ਇੰਡੀਆ ਲਾਈਨ ਦੀ ਸਰਕਾਰ ਬਣ ਜਾ ਰਹੀ ਹੈ, ਪਰਮਾਤਮਾ ਕਿਰਪਾ ਕਰੇ। ਵੱਡੀ ਲੀਡ ਨਾਲ 543 'ਚੋਂ 450 ਤੋਂ ਵੱਧ ਜਿਹੜੇ ਕਿਲੇ ਆ ਉਹ ਕਿਲੇ ਢਾਉਣੇ ਇਸ ਸੰਗਤ ਨੇ। ਇਸ ਸੰਗਤ ਨੇ 2022 ਦੇ ਵਿੱਚ 92 MLA ਜਿੱਤ ਕੇ ਇਤਿਹਾਸ ਸਿਰਜਿਆ। ਇਸ ਵਾਰ ਫਿਰ ਤੋਂ 13 ਦੀਆਂ 13 ਲੋਕ ਸਭਾ ਸੀਟਾਂ ਜਿਹੜੀਆਂ ਇਹੋ ਸੰਗਤ ਨੇ ਜਿੱਤੀਆਂ ਤੇ ਜਿੱਤ ਕੇ ਲੋਕ ਸਭਾ ਦੇਖੋ। ਉਹ ਪਹਿਲਾਂ ਹੀ ਕਾਂਗਰਸ ਦੇ ਵਿੱਚ ਨੇ ਰਾਣਾ ਗੁਰਜੀਤ ਸਿੰਘ ਤੇ ਰਾਣਾ ਇੰਦਰ ਪ੍ਰਤਾਪ ਸਿੰਘ, ਚਲੋ ਉਹਨਾਂ ਦੇ ਬੇਟੇ ਨੂੰ ਟਿਕਟ ਨਹੀਂ ਦਿੱਤੀ ਪਾਰਟੀ ਨੇ, ਉਹ ਯਾਦ ਲੜ ਲਈ ਉਹਨਾਂ ਦੀ, ਉਹਦੇ ਪਹਿਲਾਂ ਹੀ ਕਾਂਗਰਸ ਦੀ ਸੀਟ ਹੈ ਤੇ ਕਾਂਗਰਸ ਦੀ ਰਹਿਣੀ ਹੈ। ਬਾਕੀ ਉਹਦੇ ਨਾਲ ਕੋਈ ਏਡਾ ਫਰਕ ਨਹੀਂ ਪੈਣਾ। ਲੋਕ ਜਿਹੜੇ ਉਹ ਸਰਦਾਰ ਭਗਵੰਤ ਸਿੰਘ ਮਾਨ ਦੇ ਕੰਮਾਂ ਨਾਲ ਉਹਨਾਂ ਨੇ ਕੈਮਰਾ ਦੀ ਜਿਹੜੀ ਦਾਅਵੇਦਾਰੀ ਹੈ ਉਹਨੂੰ ਕਿਸ ਤਰ੍ਹਾਂ ਦੇਖਦੇ ਹੋ? ਕਹਿੰਦੇ ਨੇ ਕਿ ਮੰਗਿਆ ਜਾਂਦਾ ਹੈ ਪੰਥਕ ਇਲਾਕਾ, ਤੁਸੀਂ ਆਪਣੇ ਖੇਤਰ 'ਚ ਵੋਟ ਵੀ ਦਿਓ, ਉਮੀਦਵਾਰੀ ਨੂੰ ਕਿਸ ਤਰ੍ਹਾਂ ਦੇਖਦੇ? ਦੇਖੋ, ਕੋਈ ਵੀ ਵਿਅਕਤੀ ਜਿਹੜਾ ਨਾ, ਭਾਵੇਂ ਕੋਈ ਪੋਲੀਟੀਸ਼ੀਅਨ, ਭਾਵੇਂ ਕੋਈ ਪਲੇਅਰ ਅਤੇ ਭਾਵੇਂ ਕੋਈ ਸਾਬਕਾ ਅਧਿਕਾਰੀ, ਹਰ ਬੰਦੇ ਨੂੰ ਹੱਕ ਆ ਉਹ ਚੋਣ ਲੜ ਸਕਦਾ। ਇਹ ਤਾਂ ਲੋਕਾਂ ਨੇ ਫਤਵਾ ਦੇਣਾ, ਲੋਕਾਂ ਨੂੰ ਪਤਾ ਸਰਕਾਰ ਕਿਹਦੀ ਆ, ਕੰਮ ਕਿੱਥੋਂ ਲੈਣੇ, ਲੋਕਾਂ ਨੂੰ ਪਤਾ 2 ਸਾਲ ਕਿੰਨੇ ਕੰਮ ਕੀਤੇ ਅਤੇ ਘਰ 3 ਸਾਲ ਕਿੰਨੇ ਕੰਮ ਕਰਦੇ। ਲੋਕ ਬੜੇ ਸਿਆਣੇ ਆ, ਜਿਹਨੇ ਕੋਈ ਆਪਦਾ ਰਸਤਾ ਬਣਾਉਣਾ ਜਾਂ ਕਿਸੇ ਨੇ ਆਪਦਾ ਘਰ ਬਣਾਉਣਾ, ਜਿਹਨਾਂ ਦੇ ਟੇਲਾਂ ਬਾਲਿਆਂ ਵਾਲੇ ਘਰ ਆ, ਜਾਂ ਕਿਸੇ ਦੇ ਬੱਚੇ ਨੇ ਨੌਕਰੀ ਗਾਹ ਆਉਣ ਵਾਲੇ ਸਮੇਂ 'ਚ ਕਰਨੀ, ਉਹਨਾਂ ਨੂੰ ਪਤਾ ਵੀ ਸਰਕਾਰ ਆਮ ਆਦਮੀ ਪਾਰਟੀ ਦੀ ਹੈ, ਸਰਦਾਰ ਭਗਵੰਤ ਸਿੰਘ ਮਾਨ ਦੀ ਆ। ਲੋਕ ਸਰਕਾਰ ਦੇ ਕੀਤੇ ਕੰਮਾਂ ਨੂੰ ਫਤਵਾ ਦੇਣਗੇ, ਲੋਕ ਸਰਕਾਰ ਨਾਲ ਖੜਨਗੇ, ਲੋਕ ਸਰਕਾਰ ਦੇ 13 ਦੇ 13 ਲੋਕ ਸਭਾ ਉਮੀਦਵਾਰ ਜਿਤਾ ਕੇ ਲੋਕ ਸਭਾ ਵਿਧਾਇਕ। ਦੇਖੋ, ਕਪੂਰਥਲੇ ਦੇ ਵਿੱਚ ਤੁਹਾਨੂੰ ਵੀ ਪਤਾ ਵਾ ਵੀ ਜੇ ਆਪਾਂ ਕਹੀਏ ਤੇ ਸਾਰੇ ਕੰਮ ਹੋਣ ਵਾਲੇ, ਕੋਈ ਵੀ ਕੰਮ ਨਹੀਂ ਹੋਇਆ, ਕੰਮ ਇੱਥੋਂ ਵਾਲੇ ਵੀ ਕਰਾਂਗੇ ਤੇ ਮੇਨ ਜਿਹੜਾ ਸਾਡੇ ਲੋੜ ਆ ਇੰਡਸਟਰੀ ਲੈ ਕੇ ਆਵਾਂਗੇ, ਭਾਵੇਂ ਕਪੂਰਥਲਾ ਤੇ ਭਾਵੇਂ ਪੱਟੀ ਆ, ਤਰਨ ਤਾਰਨ ਆ ਤੇ ਭਾਵੇਂ ਖੇਤ। ਦੇਖੋ, ਇਹ ਤੁਹਾਡੀ ਗੱਲ ਵਾਕਈ ਸਹੀ ਆ, 75 ਸਾਲ ਹੋ ਗਏ ਲੋਕ ਵੋਟਾਂ ਨਹੀਂ ਦੇ ਰਹੇ ਤੇ ਲੋਕ ਵੋਟਾਂ ਪਾਉਂਦੇ ਨੇ, ਇਹਨਾਂ ਨੂੰ ਚੁਣਦੇ ਨੇ ਤੇ ਝੂਠੇ ਵਾਅਦੇ ਤੇ ਝੂਠੇ ਦਾਅਵੇ ਹੁੰਦੇ ਨੇ। ਦੇਖੋ, ਇਹ ਤੇ ਵਿਸ਼ਵਾਸ ਕਰਨਾ ਪੈਣਾ, ਜੇ ਸਰਦਾਰ ਭਗਵੰਤ ਸਿੰਘ ਮਾਨ ਤੇ ਅਰਵਿੰਦ ਕੇਜਰੀਵਾਲ ਤੇ ਲੋਕਾਂ ਵਿਸ਼ਵਾਸ ਕੀਤਾ ਤੇ ਵਿਸ਼ਵਾਸ ਨੂੰ ਅਸੀਂ ਕਾਇਮ ਹੀ ਰੱਖਿਆ, ਤੇ ਅਗਾਂਹ ਵੀ ਲੋਕ ਸਾਡੇ ਤੇ ਵਿਸ਼ਵਾਸ ਕਰਨ, ਅਸੀਂ ਵਿਸ਼ਵਾਸ ਨੂੰ ਕਾਇਮ ਰੱਖਾਂਗੇ, ਅਸੀਂ ਲੋਕਾਂ ਲਈ ਇੰਡਸਟਰੀ ਲੈ ਕੇ ਆਵਾਂਗੇ। ਲਾਲਜੀਤ ਭੁੱਲਰ ਵਜ਼ੀਰ ਬਣਿਆ 2022, ਲੋਕਾਂ ਦੇ ਵਿੱਚ ਰਿਹਾ ਲਾਲਜੀਤ ਭੁੱਲਰ। ਮੈਂ ਸਵੇਰੇ 6 ਵਜੇ ਦਫ਼ਤਰ ਬਹਿਣਾ ਹਾਂ, 6 ਤੋਂ ਲੈ ਕੇ 9 ਵਜੇ ਤੱਕ ਮੈਂ ਦਫ਼ਤਰ ਬਹਿਣਾ, ਮੁੜ ਕੇ ਤਿਆਰ ਹੋ ਕੇ ਮੈਂ ਹਲਕੇ 'ਚ ਨਿਕਲ ਜਾਣਾ, ਸ਼ਾਮਾਂ ਨੂੰ 6:30-7 ਵਜੇ ਆਉਣਾ, ਰਾਤ ਦੇ ਕਈ ਵਾਰ 10 ਵਜਣੇ, 11 ਕਈ ਵਾਰ ਰਾਤ ਦੇ ਮੈਨੂੰ 2 ਵੀ ਵਜਣੇ ਮੇਰੇ ਹਲਕੇ 'ਚ। ਤੁਸੀਂ ਭੈਣਾਂ ਭਰਾਵਾਂ ਤੋਂ ਪੁੱਛ ਸਕਦੇ ਜੀ ਕਿ ਇਹ ਮੇਰੇ ਇਕੱਲੇ ਆਪਦੇ ਦੱਸਣ ਦੀ ਗੱਲ ਨਹੀਂ,
ਤੁਸੀਂ ਸੰਗਤ ਤੋਂ ਪੁੱਛ ਸਕਦੇ, ਜਿਨ੍ਹਾਂ ਮੈਨੂੰ ਜਿਤਾਇਆ ਮੈਂ ਉਹਨਾਂ ਦਾ ਹੱਕ ਉਹਨਾਂ ਨੂੰ ਦਿੱਤਾ। ਉਹਨਾਂ ਦੇ ਵੱਡੇ ਭਰਾ ਨੇ ਸੰਤ ਬਲਬੀਰ ਸਿੰਘ ਸੀਚੀਵਾਲ ਸਾਡੇ ਸੰਸਦ ਮੈਂਬਰ ਨੇ, ਮੈਂ ਛੇਤੀ ਉਹਨਾਂ ਕੋਲ ਵੀ ਜਾਣਾ। ਮੇਰੇ ਵੱਡੇ ਭਰਾ ਨੇ ਚੋਣ ਪ੍ਰਚਾਰ ਕਰਨਗੇ ਆਮ ਆਦਮੀ ਪਾਰਟੀ ਦੇ, ਉਹ ਵੀ ਵੱਡੇ ਸਾਡੇ ਲੀਡਰ ਨੇ, ਅਤੇ ਮੈਂ ਉਹਨਾਂ ਦਾ ਬਹੁਤ ਸਤਿਕਾਰ ਕਰਦਾ। ਮੈਂ ਜਲਦੀ ਉਹਨਾਂ ਕੋਲ ਜਾਊਂਗਾ ਅਤੇ ਮੇਰਾ ਪ੍ਰਚਾਰ ਕਰ ਲਈ ਮੇਰੀ ਚੋਣ ਮੈਂ ਮੈਨੂੰ ਵੱਡੇ ਪੱਧਰ 'ਤੇ ਹੁਣ ਦੇਖੋ ਸਾਨੂੰ ਅਤੇ ਸਾਡੇ ਕੰਮਾਂ ਨੂੰ ਵੋਟ ਮਿਲੇ, ਭਾਵੇਂ ਪੰਜ ਕੈਂਡੀਡੇਟ ਹੋਰ ਆ ਜਾਣ ਅਤੇ ਭਾਵੇਂ ਪੰਜ ਕੈਂਡੀਡੇਟ ਬਹਿ ਜਾਣ। ਜਿਹੜੇ ਭਗਵੰਤ ਸਿੰਘ ਮਾਨ ਨੇ ਕੰਮ ਕੀਤੇ ਆ, 90% ਲੋਕਾਂ ਦਾ ਜੀਓ ਬਿਜਲੀ ਦਾ ਬਿੱਲ ਆ ਰਿਹਾ, ਮਹੱਲਾ ਕਲੀਨਿਕ ਖੁੱਲ੍ਹੇ, ਲੋਕਾਂ ਦਾ ਇਲਾਜ ਟੈਸਟ ਅਤੇ ਦਵਾਈਆਂ ਫ੍ਰੀ ਮਿਲ ਰਹੀਆਂ, ਬੀਬੀਆਂ ਨੂੰ ਬੱਸਾਂ 'ਚ ਸਫ਼ਰ ਫ੍ਰੀ ਮਿਲ ਰਿਹਾ। ਆ ਜਿਹੜਾ ਬੀਬੀਆਂ ਦਾ 1000 ਵਾਲੀ ਗਰੰਟੀ ਆ, ਉਹ ਵੀ ਮਾਨ ਸਾਹਿਬ ਨੇ ਕਹਿਤਾ ਵੀ ਐਮ ਪੀ ਇਲੈਕਸ਼ਨ ਤੋਂ ਬਾਅਦ ਕੁਝ ਮਹੀਨਿਆਂ 'ਚ ਨਹੀਂ ਕਰਦਾ। ਲੋਕਾਂ ਨੇ ਫਤਵਾ ਦਿੱਤਾ ਸਰਕਾਰ ਨੂੰ, ਕਪੂਰਥਲਾ ਹਲਕੇ 'ਚ ਤੁਹਾਡੀ ਨੁਮਾਇੰਦਗੀ ਕਿੱਥੇ ਨਾ ਕਿੱਥੇ ਜਿਹੜੀ ਲੀਡ ਕਰਨ ਵਾਲਾ ਬੰਦਾ ਮਿਲ ਸਕਦਾ, ਚਾਹਤ ਕੋਈ ਨਹੀਂ ਦੇਖੋ ਇਹਦਾ ਕਿਤੇ ਉਲਟਾ ਸੱਚ ਨਹੀਂ? ਨਾ ਨਾ ਨਾ, ਆਹ ਜਿਹੜੇ ਸਾਡੇ ਭਰਾ ਆ ਸਾਰੇ ਇੰਚਾਰਜ ਆ, ਸਾਰੇ MLA ਨੇ, ਸਾਰੇ ਮੈਂਬਰ ਪਾਰਲੀਮੈਂਟ ਨੇ, ਇਹਨਾਂ ਸਾਰਿਆਂ ਦੀ ਮੇਰੇ ਭਰਾਵਾਂ ਦੀ ਅਤੇ ਭੈਣਾਂ ਦੀ ਅਧੀਨਗੀ 'ਚ ਲਾਲਜੀਤ ਭੁੱਲਰ ਚੱਲੂਗਾ ਇੱਥੇ ਕਪੂਰਥਲੇ ਹਲਕੇ 'ਚ, ਇਹਨਾਂ ਦੀ ਅਗਵਾਈ ਦੇ ਵਿੱਚ ਅਸੀਂ ਕਪੂਰਥਲਾ ਹਲਕਾ ਜਿੱਤਾਂਗੇ। ਭੁੱਲਰ ਸਾਹਿਬ ਕਹਿੰਦੇ ਭੁੱਲਰ ਸਾਹਿਬ ਕਹਿੰਦੇ ਜ਼ਿਆਦੇ ਘਰਾਂ ਦਾ ਪਰਾਉਣਾ ਭੁੱਖਾ ਰਹਿ ਜਾਂਦਾ ਹੁੰਦਾ, ਕਿਤੇ ਇੱਦਾਂ ਦੀ ਗੱਲ ਨਾ ਹੋਵੇ। ਨਹੀਂ ਨਹੀਂ, ਜ਼ਿਆਦੇ ਘਰਾਂ ਦਾ ਪਰਾਉਣਾ ਹਰ ਘਰ 'ਚੋਂ ਰੋਟੀ ਖਾਊਗਾ ਅਤੇ ਜਿੱਤੂਗਾ। ਵੱਡੀ ਲੀਡ ਨਾਲ ਇਹ ਭਰਾ ਜਿਤਾਉਣਗੇ। ਇਹਨਾਂ ਨੇ ਵੇਖੋ ਲੋਕਾਂ ਨੇ ਬੜੀ ਵਾਰਾਂ ਜਿਤਾ ਲਿਆ ਕਾਂਗਰਸੀ ਅਕਾਲੀਆਂ ਨੂੰ, ਐਰਕਾ 22 'ਚ ਜੇ ਵਿਸ਼ਵਾਸ ਕੀਤਾ ਤੇ ਵੱਡੀ ਲੀਡ ਨਾਲ 92 MLA ਭੇਜ ਕੇ ਦੌੜ ਕੰਮ ਵੀ ਚੱਲੇ। ਭੁੱਲਰ ਸਾਹਿਬ ਕਪੂਰਥਲਾ ਦੇ ਵਿੱਚ ਮੈਡੀਕਲ ਕਾਲਜ ਨੂੰ ਲੈ ਕੇ ਜਿਹੜੇ ਬਹੁਤ ਦਾਅਵੇ ਕੀਤੇ ਜਾ ਰਹੇ ਨੇ ਦੂਸਰੀਆਂ ਪਾਰਟੀਆਂ ਨੂੰ, ਇਹੋ ਲੋਕਾਂ ਨੂੰ ਮੈਸੇਜ ਦੇਣਾ ਚਾਹੁੰਦਾ ਕਿ ਜਿਵੇਂ ਸਰਦਾਰ ਭਗਵੰਤ ਸਿੰਘ ਮਾਨ ਨੇ 2 ਸਾਲ ਕੰਮ ਕੀਤੇ ਆ, ਉਹਨਾਂ ਦੇ ਕੰਮਾਂ ਨੂੰ ਆਪਾਂ ਫਤਵਾ ਦੇਈਏ, ਉਹਨਾਂ ਦੇ ਕੰਮਾਂ ਨੂੰ ਆਪਾਂ ਇੱਕ ਵਾਰ ਫੇਰ ਜਿਤਾਈਏ।